ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਦ ਵਿਰਕ, ਤੁਸੀਂ ਵੇਖ ਰਹੇ ਜੇ ਯੂਟਿਊਬ ਚੈਨਲ ਮੇਰਾ ਸਾਹੀਵਾਲ ਟੀਵੀ। ਜਿਵੇਂ ਕਿ ਮੈਂ ਰੋਜ਼ ਵੀਰਾਂ ਵਾਸਤੇ ਕੋਸ਼ਿਸ਼ ਕਰਨਾ ਜਨਾਬ, ਅੱਛੇ ਤੇ ਖੂਬਸੂਰਤ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂ। ਇਸੇ ਤਰ੍ਹਾਂ ਰੋਜ਼ ਦੀ ਨਿਸਬਤ ਅੱਜ ਫਿਰ ਵੀਰਾਂ ਵਾਸਤੇ ਕੁਛ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੋਏ। ਉਮੀਦ ਕਰਾਂਗੇ ਹਰ ਰੋਜ਼ ਤਰ੍ਹਾਂ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਵੀ ਪਸੰਦ ਆਏਗੀ। ਇਸ ਤੋਂ ਪਹਿਲਾਂ ਤੁਹਾਨੂੰ ਜਾਨਵਰ ਦੀਆਂ ਤਸੱਲੀਆਂ ਕਰਾਈਏ, ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਨ ਨੂੰ ਕਰਨਾ ਪ੍ਰੈਸ, ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਵੀਰਾਂ ਤੱਕ ਪਹੁੰਚਣ। ਭਾਈ ਬਾਊ ਕੋਲ ਪਹੁੰਚੇ ਜਨਾਬ, ਕੁਛ ਦਿਨ ਪਹਿਲੇ ਵੀ ਅਸੀਂ 5 ਜਾਨਵਰ ਦੀ ਲਾਡ ਦੀ ਵੀਡੀਓ ਲਾਈ ਸੀ ਤੇ ਉਹਨਾਂ ਦੇ ਫਜ਼ਲ ਨਾਲ ਸੇਲ ਹੋ ਗਈਆਂ ਸੀ। ਬਾਅਦ ਸਬਸਕ੍ਰਾਈਬਰ ਦੀ ਵੀਡੀਓ ਅਸੀਂ ਨਹੀਂ ਬਣਾਈ ਦੀ ਤੇ ਜਨਾਬ ਅੱਜ ਫਿਰ 6 ਜਾਨਵਰ ਦੀ ਲਾਡ ਜਨਾਬ ਵੀਰਾਂ ਵਾਸਤੇ ਲੈ ਕੇ ਆਏ, ਜਿਨ੍ਹਾਂ 'ਚੋਂ 2 ਸੂਈਆਂ ਗਈਆਂ ਨੇ, 4 ਗਮਲਾਂ ਨੇ। ਸਭ ਗੱਲਬਾਤ ਕਰਾਂਗੇ ਭਾਈ ਬਾਊ ਨਾਲ, ਡਿਟੇਲ ਵੀ ਲਵਾਂਗੇ। ਮੇਰਾ ਕੈਮਰਾ ਨਾਲ ਤਸੱਲੀਆਂ ਜਾਨਵਰ ਵਿਖਾਉਂਦਾ ਜਨਾਬ। ਇਹ ਜੀ ਪਹਿਲਨ ਵੈੜ, ਕੁਛ ਦਿਨ ਲੈਂਦੀ ਸੂਣ 'ਚੋਂ, ਡਿਟੇਲ ਨਾਲ ਨਾਲ ਲੈਂਦੇ ਜਾਂਦੇ। ਜਰਸੀ ਤੇ ਫ੍ਰੀਜ਼ਨ ਦਾ ਕ੍ਰਾਸ ਹੈ, ਜਰਸੀ ਤੇ ਫ੍ਰੀਜ਼ਨ ਦਾ ਕ੍ਰਾਸ, ਮੂੰਹ ਚੋਂ ਚੌਗੀ ਹੈ, ਮੂੰਹ ਚੋਂ ਚੌਗੀ ਤੇ ਹਜੇ ਤੱਕ ਬਾਬਾ ਨੇ ਛੱਡ ਗਏ ਤੁਸੀਂ? ਬਾਬਾ ਛੱਡੇ ਨਹੀਂ। ਇਹ ਇੱਥੇ ਜਨਾਬ 10 ਤੋਂ 12 ਦਿਨ ਇਹਦੇ ਡੇਢ 'ਚ ਪਏ ਆ, ਪੂਰੇ 9 ਤੋਂ 12 ਦਿਨ ਡਿਲੀਵਰੀ 'ਚ ਰਹਿੰਦੇ ਆ। 9 ਮਹੀਨੇ ਪੂਰੇ ਹੋਣ 'ਚ ਰਹਿੰਦੇ ਆ, ਜ਼ਬਰਦਸਤ ਹੋ ਗਏ ਬਾਬਾ। ਐਸਾ ਉੱਤੇ ਮਤਲਬ ਲੈ ਜਾਵੇ 10 ਦਿਨ ਲੈ ਜਾਵੇ, ਉੱਤੇ 5 ਦਿਨ ਲੈ ਜਾਵੇ, ਇਹ ਅੱਲਾ ਦੇ ਹੁਕਮ ਨਾਲ ਵੈੜ ਨਾ ਠੀਕ ਹੋ ਗਿਆ ਜੀ। ਨਸਲ ਬਹੁਤ ਜ਼ਿਆਦਾ ਵੈੜ ਦੇ, ਬਰੀਕ ਆ ਵੈੜ, ਵੱਖ ਵੱਖ ਕੰਪਨੀ ਹੁੰਦੀ। ਜ਼ਬਰ ਨਸਲ ਕਿਹੜੀ ਦੱਸੀ ਜੀ? ਵਾਪਸ ਲੈ ਜਰਸੀ ਤੇ ਫ੍ਰੀਜ਼ੀਅਨ ਦਾ ਕਰਾਸ ਹੈ, ਜਰਸੀ ਤੇ ਫ੍ਰੀਜ਼ੀਅਨ ਕਰ ਬਾਬਾ ਲਿਆ ਵਾਪਸ। ਕੱਚ ਦੀ ਬਣੀ ਹੁੰਦੀ ਵੈੜ, ਮਾਸ਼ਾਅੱਲਾ ਨਾ, ਬਿਲਕੁਲ ਜੀ ਲਾਜਵਾਬ, ਸਿਰ ਓਰੀਜਨਲ ਮੋਨੀ ਜੀ ਜਨਾਬ, ਕਾਲੇ ਥਣ ਲੱਗੇ ਆ ਪਰ ਵਾਲਾ ਤੇ ਵਿਰਲਾ ਜਾਨਵਰ ਦੀਆਂ ਪੂਰੀਆਂ ਜਨਾਬ, ਚੱਪਾ ਚੱਪਾ ਕੰਨ ਨੇ, ਵੇਲ ਬੜੀ ਜਾਨਵਰ ਦੀ, ਖੂਨ ਪੇਟ ਪੂਰਾ, ਕੁਛ ਦਿਨ ਡਿਲੀਵਰੀ ਚੋਂ ਬਾਕੀ ਨੇ। ਇਹ ਜੀ ਜਾਨਵਰ ਨੰਬਰ 1 ਜਨਾਬ, ਬਾਬਾ ਜਲਦੀ ਬੰਨੀ ਤਿਆਰ ਹੋਈ ਨਾ, ਉਹ ਤਾਂ ਬੰਦੀ ਹੋਰ ਦੀ ਹੋਰ ਜਾਏਗੀ, ਇਨਸ਼ਾਅੱਲਾ ਸਹੀ ਨਹੀਂ ਜਾਵੇਗੀ। ਠੀਕ ਹੋ ਗਿਆ ਜੀ, ਜ਼ਬਰਦਸਤ ਹੋ ਗਿਆ ਜੀ ਬਾਬਾ, ਜਲਦੀ ਬੰਨੀ ਆ, ਵੀਡੀਓ ਲੰਬੀ ਨਹੀਂ ਹੋਵੇ। ਛੱਡੀ ਦੂਸਰੀ ਯਾਰ, ਦਾਨੇ ਪੁੱਤਰ ਤੁਸੀਂ ਛੱਡ ਜਨਾਬ। ਵੀਰਾਂ ਵਾਸਤੇ ਦੂਸਰਾ ਤੋਹਫਾ ਜਰਸੀ ਦਾ, ਐਂਟ ਬੋਲ ਕਰਾਂਗੇ। ਇਹ ਜਰਸੀ ਪਿਓਰ ਉਸ ਸੈਂਟਰ ਹੈ, ਪਿਓਰ ਜਰਸੀ ਹੈ ਜਨਾਬ, ਇਹ ਦੂਸਰਾ ਵਾਰਾ ਸੁਣ ਰਹੇ ਨੇ, ਦੂਸਰਾ ਵਾਰਾ ਡਿਲੀਵਰ ਕਰਨਾ ਜਨਾਬ, ਪਿਓਰ ਜਰਸੀ ਵੀਰਾਂ ਵਾਸਤੇ ਤੋਹਫਾ ਜਨਾਬ। ਪਹਿਲੇ ਸੁਵਿਧਾ ਕਾਰਡ 24 ਲੀਟਰ ਦਾ, 24 ਲੀਟਰ 3 ਟਾਈਮ ਚੋਈ ਹੁੰਦੀ ਰਹੀ ਹੁੰਦੀ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਜ਼ਬਰਦਸਤ ਹੋ ਗਿਆ ਜਨਾਬ, 3 ਟਾਈਮ ਚੋਈ ਹੁੰਦੀ ਰਹੀ ਹੈ ਤੇ 24 ਲੀਟਰ ਦੁੱਧ ਕਰਦੀ ਰਹੀ ਤੇ ਇਸ ਦਫਾ ਇਨਸ਼ਾਅੱਲਾ ਇਨਸ਼ਾਅੱਲਾ ਅੱਗੇ ਨਾ ਵਜੂਦ ਵੱਧ ਗਿਆ, ਪਹਿਲੇ ਦਾ ਰਿਕਾਰਡ ਬ੍ਰੇਕ ਕਰੇਗੀ ਇਨਸ਼ਾਅੱਲਾ ਜੀ, ਉਸ ਤੋਂ ਵਧੇਗੀ ਇਨਸ਼ਾਅੱਲਾ। ਐ ਕੀ ਹੋ ਸਕਦਾ, ਅੱਲਾ ਕਰੇ 27-28 ਲੀਟਰ ਤੇ ਪਹੁੰਚ ਜੇ ਇਨਸ਼ਾਅੱਲਾ। ਇਹ ਕਿੰਨਾ ਸੂਆ ਨੇ ਡਿਲੀਵਰ ਕਰਨਾ? ਦੂਸਰਾ ਮੂੰਹ ਚ ਕੰਨੀਆਂ ਦੰਦ ਪੂਰੇ ਕਰ ਦਿੱਤੀ, ਕੰਨੀਆਂ ਦੰਦ ਪੂਰੇ ਕਰਦੇ ਵੀ ਦੂਸਰਾ ਸੂਆ ਡਿਲੀਵਰ ਕਰਨਾ, ਪਿਓਰ ਜਰਸੀ ਜਨਾਬ। ਸੂਨ ਤੋਂ ਮਸ਼ੀਨ ਤੇ ਚੋਲੋ ਤਾਂ ਭਾਵੇਂ ਹੱਥ ਨਾਲ ਚੋਲੋ, ਮਾਸ਼ਾਅੱਲਾ ਥਾਣ ਵਿੱਚ ਵੀ ਚੌਂਸੇ ਲੱਗੇ ਹੁੰਦੇ ਲੈਦਾ ਲੈਦਾ, ਮਾਸ਼ਾਅੱਲਾ ਜੀ। ਦੇਖਿਆ ਨਾ ਪਿੱਛੇ ਕਰ ਦਿਓ, ਕੋਈ ਸ਼ੱਕ ਨਹੀਂ ਜੀ। ਕਿੰਨੇ ਦਿਨ ਲੈਂਦੀ ਆ ਇਹ? ਦਿਨ 4-5 ਕੱਢਦੀ ਆ, ਮਤਲਬ 4-5 ਦੀ ਵੀ ਕਰ ਸਕਦੀ, ਕੁਝ ਦਿਨ ਉੱਤੇ ਵੀ ਲੈ ਸਕਦੀ। 4-5 ਜਾਨਵਰ ਨੰਬਰ 3 ਜਨਾਬ, ਚੋਲਸਤਾਨ ਤੇ ਫ੍ਰੀਜ਼ਨ ਦਾ ਕ੍ਰਾਸ ਦੀ, ਫ੍ਰੀਜ਼ਨ ਚੋਲਸਤਾਨ ਦੀ ਕ੍ਰਾਸ ਹੈ, ਜ਼ਬਰਦਸਤ ਕ੍ਰਾਸ ਜਨਾਬ। ਜਿਵੇਂ ਮਤਲਬ ਨਾ ਪਲੇਅਰ ਗਾਵਾਂ ਦੀਆਂ ਵੱਡੀਆਂ ਸੂ ਪਈ ਆ ਤੇ ਚੋਲ ਲਈ ਆ, ਸਨ ਗੱਲ ਆ। ਠੀਕ ਹੋ ਗਿਆ ਜੀ, ਬੋਲਾ ਪਹਿਲਾਂ ਵਾਪਸ ਲਿਆ, ਪਹਿਲਾ ਬੋਲਾ ਚੋਲਾ ਜਨਾਬ, ਚੋਈ ਤੋਂ ਬਾਅਦ ਅਸੀਂ ਵੀਡੀਓ ਬਣਾ ਰਹੇ ਜੀ। ਤੂੰ ਦੱਸਿਆ ਨਾ ਮੈਂ ਆਉਣਾ ਤਾਂ ਅਸੀਂ ਚੋਈ ਨਾ, ਅਚਾਨਕ ਅਸੀਂ ਛਾਪਾ ਮਾਰਿਆ ਸੀ ਜਨਾਬ, ਕੋਈ ਟਾਈਮ ਸ਼ਾਮ ਨਾ ਲਾਉਣ ਇਸ ਕੋਲ, ਅਸੀਂ ਟਾਈਮ ਨਾਲ ਪਹੁੰਚੀ ਆ, ਦੱਸਣ ਤੋਂ ਬਗੈਰ ਪਹੁੰਚੀ ਦੇ ਨਾ ਕੋਈ। ਕਿੰਨੀ ਵੇ ਪਿੱਛੇ ਵੱਛੀ ਮਾਸ਼ਾ ਅੱਲਾ ਇਹਦਾ ਜਨਾਬ, ਅੱਛੀ ਜੇ ਪ੍ਰਿੰਟ ਵੱਛੀ ਮਾਸ਼ਾ ਅੱਲਾ ਜਨਾਬ, ਵੱਛੀ ਮਤਲਬ VIP। ਉਹਨਾਂ ਨੇ ਜਦੋਂ ਅਸੀਂ ਲਈ ਸੀ ਨਾ ਗੱਬਣ ਲਈ ਸੀ, ਉਹਨਾਂ ਸਾਨੂੰ ਉਦੋਂ ਕਿਹਾ 7000 ਰੁਪਏ ਦਾ ਟੀਕਾ ਰਖਾਇਆ ਸੀ, 7000 ਦਾ ਸੀਮਨ ਰਖਾਇਆ ਮਾਸ਼ਾ ਅੱਲਾ ਜੀ, ਜ਼ਬਰਦਸਤ ਹੋ ਗਿਆ। ਵੱਛੀ ਦਾ ਕਾਰਨ ਤਾਂ ਵੇ ਨਿੱਕਾ ਨਿੱਕਾ ਪੂਰਾ ਮੂੰਹ ਸਾਈਡ ਤੋਂ ਕਰੀ, ਮੂੰਹ ਸਾਈਡ ਤੋਂ ਕਰੀ। ਆਊਟ ਕਲਾਸ ਪੀਸ ਜਨਾਬ, ਹੀਰਾ ਵੀਰਾਂ ਵਾਸਤੇ ਜਨਾਬ, ਜ਼ਬਰਦਸਤ। ਇਹ ਜਾਨਵਰ ਨੰਬਰ 3, ਕਿੰਨਾ ਸੂਆ ਡਿਲੀਵਰ ਕੀਤਾ ਇਹਨੇ? ਇਹਨੇ ਤੀਸਰਾ ਸੂਆ ਸੂਈ, ਤੀਸਰਾ ਸੂਆ ਸੂਈ। ਬੋਲਾ ਕਿੰਨਾ ਕੱਢਿਆ ਇਹਦਾ ਜੀ? ਇਹਦਾ ਬੋਲਾ ਤਕਰੀਬਨ ਅਸੀਂ ਕੱਢਿਆ 7-8 ਲੀਟਰ, ਮੁਕੰਮਲ ਤੌਰ ਤੇ ਸਾਫ਼ ਨਹੀਂ ਕੀਤੀ, ਅੱਧਾ ਕੱਢਿਆ, ਅੱਧਾ ਕਿ ਤਕਰੀਬਨ ਥੋੜਾ ਜ਼ਿਆਦਾ ਕੱਢ ਲਿਆ ਕਹਿੰਦਾ। ਠੀਕ ਹੋ ਗਿਆ ਜੀ, ਹਾਂ 7-8 ਲੀਟਰ ਬੋਲਾ ਕੱਢਿਆ। ਜਾਨਵਰ ਨੰਬਰ 4, ਇਹ ਮੂੰਹ ਚੌਗੀ ਹੈ, ਮੂੰਹ ਚੌਗੀ।
ਪਹਿਲਾ ਵਾਰਾ ਸੂਈ ਹੈ ਪਿੱਛੇ ਦੇ ਵੱਛੀ ਹੈ ਪਹਿਲਾ ਵਾਰਾ ਸੂਈ ਪਿੱਛੇ ਦੇ ਵੱਛੀ ਜੇ ਕਿੰਨਾ ਕੁ ਦੁੱਧ ਕਰਦੀ ਇਸ ਟਾਈਮ ਦੁੱਧ ਅੰਦਰ 14 ਲੀਟਰ ਹੁਣ ਆਪਾਂ ਚਵਾ ਕੇ ਦੇਵਾਂਗੇ 14 ਲੀਟਰ ਪੂਰੇ ਠੀਕ ਵਾਪਸ ਲਿਆ ਹਾਜ਼ਰ ਮੌਕੇ 14 ਲੀਟਰ ਦੁੱਧ ਜੀ ਸੂਈ ਨੂੰ ਇੱਕ ਤੀਸਰਾ ਦਿਨ ਸੂਈ ਨੂੰ ਤੀਸਰਾ ਦਿਨ ਪਹਿਲਾ ਸੂਆ ਸੂਈ ਪਹਿਲਾ ਮੂੰਹ ਕਿਵੇਂ ਚੌਗੀ ਮੂੰਹ ਚੌਗੀ ਲਿਆਓ ਚਲੋ ਉਹ ਪੱਟ ਕੇ ਲੈ ਕੇ ਜਾਵੇ ਜਦੋਂ ਬੰਦੇ ਲਈ ਨਾ ਤਸੱਲੀ ਕਰਾ ਕਰਕੇ ਤਸੱਲੀ ਕਰਕੇ ਇਹਦੀ ਵੱਛੀ ਕਿਹੜੀ ਹੈ ਵੱਜਿਆ ਬੇਜੀ ਚੁਲਸਤਾਨੀ ਟੀਕਾ ਰਖਾਇਆ ਸੀ ਇਹ ਜਾਨਵਰ ਨੰਬਰ 4 ਦੀ ਵੱਛੀ ਜੀ ਜੀ ਠੀਕ ਹੋ ਗਿਆ ਜੀ ਬਾਬਾ ਤੁਸੀਂ ਕੋਲ ਜਾਨਵਰ ਨੰਬਰ 5 ਅੱਜ ਜਨਾਬ ਦੋ ਜਰਸੀ ਗਾਵਾਂ ਨੇ ਦੋਵੇਂ ਹੀਰੇ ਜਨਾਬ ਜਰਸੀ ਛੱਡੋ ਇਹਨੂੰ ਚੌਕ ਦੇ ਦੰਦ ਕੱਢਦੀ ਵੀ ਪਹਿਲੇ ਨਵੈਦ ਪਹਿਲੇ ਨਵੈਦ ਮੂੰਹ ਤੇ ਚੌਗੀ ਚੌਕ ਤੇ ਕੱਢਦੀ ਪਈ ਮਤਲਬ ਦੁੰਦੀਆਂ ਜੀ ਆਂਦੀ ਠੀਕ ਹੋ ਗਿਆ ਜੀ ਚੌਕ ਦੇ ਕੱਢਦੀ ਪਈ ਹਾਂਜੀ ਕਿੰਨੇ ਦਿਨ ਡਿਲੀਵਰੀ ਤੇ ਰਹਿੰਦੇ ਨੇ ਇਹਦੇ 10 ਦਿਨ ਰਹਿੰਦੇ ਜੀ 10 ਦਿਨ ਰਹਿੰਦੇ ਨੇ ਜ਼ਬਰਦਸਤ ਜਨਾਬ ਪੀਸ ਦੋ ਜਰਸੀ ਬੈਠਾ ਜੇ ਇਹ ਉਹ ਵੀ ਨਾ ਯਾਦ ਹੀ ਰਹੇ ਜਨਾਬ ਸਾਈਵਾਲ ਤੇ ਜਰਸੀ ਦਾ ਕ੍ਰਾਸ ਜਿਹਨੂੰ ਸਾਈਵਾਲ ਦਾ ਹਲਕਾ ਜਿਹਾ ਟੱਚ ਹਾਂਜੀ ਬਾਕੀ ਸਭ ਜਰਸੀ ਵੀਰਾਂ ਦੇ ਸਾਹਮਣੇ ਜਨਾਬ ਇਹਦਾ ਇਹ ਆ ਵੀ ਭਵੇਂ ਧੁੱਪੇ ਬਣੀ ਰੱਖੋ ਗਰਮੀ ਨੂੰ ਫੇਸ ਕਰਦੇ ਹੈ ਜੀ ਗਰਮੀ ਸਰਦੀ ਬਰਦਾਸ਼ਤ ਕਰਨ ਵਾਲੀ ਤੇ ਫਿਰ ਐਸੀ ਹੱਡੀ ਆ ਇਹ ਭਾਵੇਂ 10 ਸੂਵੇ ਸੂਗੀ ਇਹਨਾਂ ਦਾ ਬਲੂਮ ਹੋਵੇਗੀ ਜਿਵੇਂ ਦੂਜੇ ਸੂਵੇ ਹੁੰਦੀ ਬਿਲਕੁਲ ਜੀ ਆਊਟ ਕਲਾਸ ਪੀਸ ਜਨਾਬ ਇਹ ਵੀ ਤੇ ਇਤਿਕ ਜੋ ਵਕਿਆ ਕੀ ਵਕਿਆ ਕਿੰਨੇ ਦਿਨ ਲੈਂਦੀ ਹੈ ਜੇ ਇਹ ਵੈਟ 10 ਦਿਨ ਖੜ ਜਾਣੇ ਅੱਲਾ 10 ਦਿਨ ਹਾਂਜੀ ਮਾਸ਼ਾਅੱਲਾ ਆ ਸਾਰੇ ਅਰੇ ਦੁੱਧ ਵਾਲਾ ਚੱਡਾ ਹੀ ਸਾਰਾ ਬਿਲਕੁਲ ਜੀ ਬਿਲਕੁਲ ਜਾਨਵਰ ਨੰਬਰ 6 ਇਹ ਵੈਟ ਆ ਦਿਨ ਕੱਢਦੀ ਇਹ ਵੈਟ ਮਾਸ਼ਾਅੱਲਾ ਵੱਡੀ ਵੱਡੀ ਬਹੁਤ ਹੈ ਸਿਰ ਓਰੀਜਨਲ ਮੋਨੀ ਜਨਾਬ ਪਹਿਲਾਂ ਵੈਟ ਮੂੰਹ ਕਿਵੇਂ ਜੀ ਮੂੰਹ ਚੌਗੀ ਆ ਛਿੱਕ ਦੇ ਦੰਦ ਕੱਢਦੀ ਪਈ ਆ ਦੁਬਾਰਾ ਇਹ ਦੂਸਰਾ ਸੁਣਨਾ ਮੂੰਹ ਚੌਗੀ ਛਿੱਕ ਦੇ ਦੰਦ ਕੱਢਦੀ ਪਈ ਜਨਾਬ ਕਿੰਨੇ ਦਿਨ ਲੈਂਦੀ ਇਹਦੇ ਲਈ 15 ਦਿਨ ਡੇਟ ਚ ਵਾਪਸ ਲਿਆ 15 ਦਿਨ ਡੇਟ ਚ ਕੱਚੀ ਹੈ ਲਿਆ ਕੱਚੀ ਠੀਕ ਹੋ ਗਿਆ ਜੀ ਲਿਆ 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 ਤਸੱਲੀਆਂ ਜਨਾਬ ਤਸੱਲੀਆਂ ਕਰੀਆਂ ਵੀਰਾਂ ਨੇ ਵੀਡੀਓ ਲੰਮੀ ਹੋਈ ਨਹੀਂ ਮਾਸ਼ਾਅੱਲਾ ਬਹੁਤ ਵੱਡੀ ਹੈ ਕੱਦ ਬਹੁਤ ਬੁਰ ਚੁੱਕਾ ਅੱਛਾ ਜਾਨਵਰ ਨੰਬਰ ਇਹਦਾ ਕੀ ਰੇਟ ਹੈ ਇਸ ਦਾ ਇਹਦਾ 340000 ਰੁਪਏ 340000 ਫੁੱਲ ਮੁਹੱਬਤ ਕਰਕੇ ਮੁਹੱਬਤ ਕਰਕੇ ਠੀਕ ਹੋ ਗਿਆ ਜੀ ਇਹਦਾ ਇਹਦਾ 2 ਜਰਸੀ ਦਾ 295000 ਰੁਪਏ 295000 ਮੁਹੱਬਤ ਕਰਕੇ ਇੱਥੇ 340000 ਰੁਪਿਆ 330000 ਇੱਥੇ ਮੰਗਦੇ ਜਿਹੜਾ ਬੰਦਾ ਮੁਕਾਮੀ ਆਉਂਦਾ ਜ਼ਬਰਦਸਤ ਹੋ ਗਿਆ ਜਨਾਬ ਹਾਂਜੀ ਇਹਦਾ ਜੀ 280000 ਰੁਪਏ 280000 ਹਾਂ ਇਹਦੇ ਪਿੱਛੇ ਵੱਛੀ ਹੈ ਅੱਲਾ ਦੇ ਬੰਦੇ ਬਿਲਕੁਲ ਜੀ ਲਾਜਵਾਬ ਵੱਛੀ ਇਹਦਾ ਜਨਾਬ ਇਹਦਾ ਜਨਾਬ 245000 ਰੁਪਏ 245000 ਹਾਂਜੀ ਜਾਨਵਰ ਨੰਬਰ 5 ਦਾ ਜੀ ਇਹਦਾ 240000 ਰੁਪਏ 240000 6 ਨੰਬਰ ਇਹਦਾ 290000 ਰੁਪਏ 290000 ਇਹ ਅੱਜ ਦਾ ਰੇਟ ਹੈ ਵੈਟ ਦਾ ਮਤਲਬ ਤਿਆਰ ਹੋਈ ਦੁਬਾਰੇ ਜਦੋਂ ਇਹਦਾ ਇਹ ਰੇਟ ਨਹੀਂ ਹੋਏਗਾ ਅੱਛਾ ਇਹਦਾ ਕੀ ਮੁੱਟਾ ਛਟਾ ਅਗਰ ਕੋ ਮੁੱਟਾ ਹੀ ਲੈਂਦਾ ਸਾਰੇ ਜਾਨਵਰ ਕੋਈ ਬਣਾਇਆ ਜੇ ਕੈਲਕੂਲੇਸ਼ਨ ਕੀਤੀ ਜੇ ਕੋਈ ਨਹੀਂ ਕੀਤੀ ਯਾਰ ਕੈਲਕੂਲੇਸ਼ਨ ਠੀਕ ਹੋ ਗਿਆ ਜੇ ਬਾਅਦ ਕਰ ਲਾਂਗਾ ਹਾਂਜੀ ਕੋਈ ਵੀ ਵੀਰ ਦੋਸਤ ਜਨਾਬ ਸਾਡਾ ਜਨਮ ਇਕੱਠੇ ਲੈਣੇ ਜਾਵੇ ਤਾਂ ਆਪਾਂ ਇਕੱਠੇ ਦੀ ਗੱਲ ਕਰ ਲਾਂਗੇ ਭਾਈ ਨਾਲ ਠੀਕ ਹੋ ਗਿਆ ਜੀ ਇਕੱਠੇ ਲਵੇ ਬੰਦਾ ਤੇ ਮਤਲਬ ਉਹਦੇ ਬਾਅਦ ਡਿਸਕਾਊਂਟ ਹੋ ਜਾਂਦਾ ਫਿਰ ਜ਼ਿਆਦਾ ਡਿਸਕਾਊਂਟ ਹੋਵੇਗਾ ਹਾਂਜੀ ਜਨਾਬ ਕੋਈ ਵੀ ਸਾਡੇ ਜਾਨਵਰ ਖਰੀਦਣਾ ਚਾਹੁੰਦਾ ਸਾਡਾ WhatsApp ਨੰਬਰ ਨੋਟ ਕਰ ਲਓ 0322 7087 633 ਫਿਰ ਨੋਟ ਕਰ ਲਓ 0322 7087 633 ਸਾਡਾ ਰابطਾ ਨੰਬਰ ਇਹ ਸਾਡਾ WhatsApp ਨੰਬਰ ਕੱਲ ਇੱਕ ਨਵੀਂ ਵੀਡੀਓ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਆਪਦੇ ਮੇਜ਼ਬਾਨ ਸਾਜਦ ਵੇਖਣ ਤੋਂ ਇਜਾਜ਼ਤ ਰੱਬ ਰੱਖਾ